प्यारे दोस्तों, इस वीडियो के विच जिहड़ा तुहानू घोड़ा दिखाउण लगे आ ना, इह घोड़े ने पूरी बल्ले बल्ले कराई सी मंडी दे विच। अजे घोड़ा मंडी दे विच उतरिया सी जदों असीं वीडियो बनाई आ। जिहड़ी इस घोड़े दी चेस्ट ते बाडी लेंथ सी उह ते देखण वाली कमाल ही कीती गई। बहुत भाई उन्हां ने मेहनत ला के घोड़े नूं तैयार कीता है। तो घोड़ा भी दोस्तों तुहानू दस दिंदे आ, इह बापू जोरा सिंह जी जिन्हां दे घरों मंझू के लैण तैयार होई उन्होंने दोहते दा आ। सामने तुसीं वाइट शर्ट टी शर्ट के देख रहे हो, वह बापू जी का दोहता वा ते उन्होंने घोड़ा वा। बहुत शानदार घोड़ा तैयार किया है। पूरी गलबात एंड लाई दोस्तों। जेकर अपने चैनल पर जी रहे तो चैनल सब्सक्राइब करो। सत्या सब तो पहले अपना नाम दस भाई। मेरा नाम मनजिंदर सिंह। ठीक है जी। कि जगह तो आया अभी भाई? समाध भाई। समाध भाई तो आए जी। हाँ जी। ठीक है जी। तो किन्ने जानवर लैके आए मंडी उपर? अभी दो घोड़े लैके आए जी। ठीक है। सान घोड़े पर दक्षिणी भी लैके आए? हाँ जी हाँ जी। ठीक है जी। काले कांडे एक मज्जू के लैंदा है। मज्जू के लैंदा आ गया अपने को। ठीक है जी। ਪੈਰਾ ਪੂਰਾ ਤੋਂ ਪਤਾ ਚਿੱਟਾ ਪਿਆ ਕਲਰ ਬਲੂ। ਕਿਹੜੇ ਘੋੜੇ ਦਾ ਜੀ? ਇਹ ਮਾਰਸ਼ਲ ਦਾ ਬੱਚਾ। ਮਾਰਸ਼ਲ ਦਾ? ਹਾਂਜੀ। ਕਿੰਨੀ ਉਮਰ ਹੋ ਚੁੱਕੀ ਆ ਬਈ? ਇਹਦੀ ਉਮਰ ਹੈਗੀ 7 ਸਾਲ। 7-8 ਸਾਲ? 7-8 ਸਾਲ ਦਾ। ਤੇ ਆਪਣੇ ਘਰ ਦੇ ਵਿੱਚ ਹੀ ਪੈਦਾ ਹੋਇਆ ਸੀ ਕਿਵੇਂ? ਨਹੀਂ ਜੀ, ਆਪਾਂ ਖਰੀਦਿਆ ਸੀਗਾ। ਖਰੀਦਿਆ ਸੀਗਾ? ਹਾਂਜੀ। ਠੀਕ ਹੈ ਜੀ। ਤੇ ਕਿੰਨਾ ਕੁ ਟਾਈਮ ਹੋ ਗਿਆ ਖਰੀਦਣ ਨੇ? ਸਾਨੂੰ 1.5-2 ਸਾਲ ਹੋ ਗਏ। 1.5-2 ਸਾਲ ਹੋ ਗਏ। ਤੇ ਸਟਾਰਟ ਸਰਵਿਸ ਦਿੰਦੇ ਹੋ? ਹਾਂਜੀ ਹਾਂਜੀ। ਇਹਦੇ ਰਿਜ਼ਲਟ ਵੀ ਆ ਗਏ, 3 ਰਿਜ਼ਲਟ ਆਏ ਆ ਜੀ। ਇੱਕ 5 ਕਲੈਣ ਬੱਚਾ ਆਇਆ, ਉਹ ਨੀਲਾ ਹੀ ਹੋ ਜਾ ਰਿਹਾ। ਇੱਕ ਨੀਲੀ ਬੱਚੀ ਆਈ ਹੈ, ਇੱਕ ਹੋਰ ਬੱਚਾ ਆਇਆ ਨੀਲਾ। ਠੀਕ ਹੈ ਜੀ। ਹਾਂਜੀ। ਇਹ ਆ ਗਿਆ ਮੱਝੂ ਕੇ ਲੈਣ ਦਾ। ਠੀਕ ਹੈ। ਤੇ ਬਾਈ ਕਿੰਨੀ ਹਾਈਟ ਵਗੈਰਾ ਕੀਤੀ ਹੋਈ ਇਹਨੇ? ਇਹਦੀ 65 ਇੰਚ ਹੈ ਜੀ। 65 ਇੰਚ ਹਾਈਟ ਕਰਕੇ? ਹਾਂਜੀ ਬਾਈ। ਠੀਕ ਹੈ ਜੀ। ਉਮਰ ਆ 7-8 ਸਾਲ ਦਾ? ਹਾਂਜੀ ਹਾਂ। ਠੀਕ ਹੈ ਜੀ। ਤੇ ਕਿੰਨੀਆਂ ਘੋੜੀਆਂ ਹੁਣ ਤੱਕ ਕ੍ਰੋਸ ਹੋ ਚੁੱਕੀਆਂ? ਇਹ ਤੋਂ 20 ਘੋੜੀਆਂ ਕ੍ਰੋਸ ਹੋ ਗਈਆਂ। ਤੁਸੀਂ ਵੀ ਕਰਾਈਆਂ ਨੇ ਸ਼ੁਰੂ ਤੋਂ ਲੈ ਕੇ? ਨਹੀਂ, ਅਸੀਂ ਕਰਾਈਆਂ, ਪਹਿਲਾਂ ਛੱਡਦੇ ਨਹੀਂ ਸੀਗੇ। ਠੀਕ ਹੈ, ਪਹਿਲਾਂ ਛੱਡਦੇ ਨਹੀਂ। ਤੁਸੀਂ 20 ਘੋੜੀਆਂ ਜਿਹੜੀਆਂ ਤੁਹਾਡੇ ਕੋਲ ਆਣ ਕੇ ਕ੍ਰੋਸ ਹੋਈਆਂ? ਹਾਂਜੀ ਹਾਂ। ਠੀਕ ਹੈ ਜੀ। ਤੇ ਬਾਈ ਫੀਸ ਕਿੰਨੀ ਰੱਖੀ ਹੋਈ ਇਹਦੀ? ਇਹਦੀ ਫੀਸ ਬਾਈ 7100 ਰੁਪਏ। 7100 ਰੁਪਏ ਜੀ? ਹਾਂਜੀ। ਠੀਕ ਹੈ ਜੀ। ਬਾਈ ਜਿਵੇਂ ਹੁਣ ਗੱਲ ਕਰੀਏ ਫੀਸ ਦੀ, ਅੱਜ ਕੱਲ੍ਹ ਮਾਰਵਾੜੀ ਘੋੜਿਆਂ ਦੀ ਹਰ ਇੱਕ ਦੀ ਫੀਸ ਬੜੀ ਕਾਫੀ ਹੈ, ਤੇ ਤੁਸੀਂ ਕਿਉਂ ਮਤਲਬ ਘੱਟ ਰੱਖੀ ਹੋਈ ਜੀ? ਕਿਉਂਕਿ ਆਪਣੇ ਜਿਹੜੇ ਬਾਬਾ ਜੋਰਾ ਸਿੰਘ ਸੀ ਉਹ ਨਾਨਾ ਜੀ ਸੀਗੇ, ਇਸ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਘੋੜਾ ਰੱਖਿਆ, ਇਸ ਕਰਕੇ ਫੀਸ ਵੀ ਘੱਟ ਰੱਖੀ। ਠੀਕ ਹੈ ਜੀ। ਕਿਉਂਕਿ ਬਰੀਡ ਨੂੰ ਪ੍ਰਮੋਟ ਕਰਨ ਦੇ ਲਈ ਤੁਸੀਂ ਮਤਲਬ ਫੀਸ ਦੇ ਨਹੀਂ ਕੋਈ ਚੱਕਰ ਰੱਖਿਆ ਜੀ? ਠੀਕ ਹੈ। ਨਾਲ ਬਾਬਾ ਜੀ ਦੇ ਪੋਤੇ ਵੀ ਆਏ, ਅਸੀਂ ਦੋਤੇ ਆ ਬਾਬਾ ਜੀ ਦੇ ਜੀ। ਹਾਂਜੀ। ਤੇ ਇਹ ਆ ਗਿਆ ਮਾਸਲ ਘੋੜਾ। ਠੀਕ ਹੈ ਜੀ। ਬਾਦਸ਼ਾਹ ਜੀ? ਬਾਦਸ਼ਾਹ ਘੋੜਾ ਜੀ। ਠੀਕ ਹੈ ਜੀ। ਸ਼ਾਈਨਿੰਗ ਬਹੁਤ ਬਈ ਇਹਦੇ, ਮਤਲਬ ਸਕਿਨ ਦੇ ਵਿੱਚ ਕੀ ਮਤਲਬ ਇਹਦੀ ਐਕਸਟਰਾ ਕੋਈ ਕੀਤੀ? ਨਹੀਂ ਬਈ, ਨੋਰਮਲ ਹੈ ਜਿੱਦਾਂ ਹੁੰਦਾ ਉਹਦੇ ਨਾਲ ਹੀ ਕਰਦਾ। ਨੋਰਮਲ ਦੇ ਵਿੱਚ ਹੀ ਆਪਣੀ ਇਹਦੀ ਸ਼ਾਈਨ ਆ ਗਈ ਇਹਦੇ ਵਿੱਚ। ਠੀਕ ਹੈ ਜੀ। ਬਲੂ ਕਲਰ ਪਿਓਰਟੀ ਆਫ ਮਾਰ ਇਹ ਮੱਝੂ ਕੇ ਲੈਣ ਦੀ ਪਿਓਰਟੀ ਹੈ ਜੀ। ਹਾਂਜੀ। ਦੂਸਰਾ ਭਾਈ ਉਹ ਆਪਣਾ ਮਾਰਵਾੜੀ? ਹਾਂਜੀ, ਉਹ ਕਾਲੇ ਕਾਂਡੇ ਦਾ ਬੱਚਾ ਜੀ। ਠੀਕ ਹੈ। ਨਾ ਤਮੂਰ? ਠੀਕ ਹੈ। ਉਹ ਤਾਏ ਮੂਰ ਘੋੜਾ ਜੀ? ਹਾਂਜੀ। ਠੀਕ ਹੈ ਦੋਸਤੋ, ਦੇਖ ਸਕਦੇ ਪਿੱਠ ਪਾਡੀ ਕਿੱਡੀ ਹੈ ਘੋੜੇ ਦੀ। ਅਸਲ ਦੇ ਵਿੱਚ ਪਤਾ ਚੱਲਦਾ ਪਿਆ ਕੀ ਹੈ ਬਲੱਡ ਲਾਈਨ ਅਸਲੀ ਹੁੰਦੀ ਕੀ ਹੈ ਮੱਝੂ ਕੇ ਬਲੱਡ ਲਾਈਨ। ਦੇਖੋ ਗੱਡੀ ਚਸਤ ਚੋੜੀ ਪਈ, ਬਹੁਤ ਤਕੜੀ ਬੱਡੀ ਪੰਤਰ ਆ। ਆਇਓ ਦੋਸਤੋ, ਦਿਖਾਉਂਦੇ ਤੁਹਾਨੂੰ ਅਗਲਾ ਜੀ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਬਾਈ ਸਭ ਤੋਂ ਪਹਿਲਾਂ ਕਿਹੜਾ ਆਪਣਾ ਨਾਮ ਦੱਸੋ ਜੀ? ਮੇਰਾ ਨਾਮ ਬਲਜੀਤ ਸਿੰਘ ਹੈ ਜੀ। ਬਲਜੀਤ ਸਿੰਘ ਜੀ, ਕਿਹੜੀ ਜਗ੍ਹਾ ਤੋਂ ਆਏ ਜੀ? ਆਪਾਂ ਮੈਂ ਸਮਾਧ ਭਾਈ ਤੋਂ ਜੀ, ਬਾਗੇ ਪੁਰਾਣੀ ਕੋਲ। ਠੀਕ ਹੈ, ਬਾਗੇ ਪੁਰਾਣੀ ਕੋਲ। ਠੀਕ ਹੈ ਜੀ। ਤੇ ਆਹ ਆਪਣਾ ਸਟਾਲੀਅਨ ਲੈ ਕੇ ਆਏ ਜੀ? ਹਾਂਜੀ ਹਾਂਜੀ। ਸ਼ੋ ਦੇ ਲਈ ਲੈ ਕੇ ਆਏ? ਹਾਂ, ਦਿਖਾਉਣੇ ਕੇ ਲਈ ਜੀ। ਦਿਖਾਉਣ ਦੇ ਲਈ? ਠੀਕ ਹੈ ਜੀ। ਤੇ ਕੀ ਉਮਰ ਆਪਣੇ ਸਟਾਲੀਅਨ ਦੀ? ਇਹ 5 ਸਾਲ ਤੋਂ ਘੱਟ ਹੀ ਆਈ, 2 ਮਹੀਨੇ ਜੀ। ਠੀਕ ਹੈ। ਮਤਲਬ 4 ਦੰਦ ਹੋ ਗਿਆ, ਮਤਲਬ ਅਡਲਟ ਹੋ ਗਿਆ ਪੂਰਾ ਘੋੜਾ? ਹਾਂਜੀ, ਪੂਰਾ ਘੋੜਾ ਤਿਆਰ ਹੋ ਗਿਆ। ਠੀਕ ਹੈ। ਧਮਾਲ ਪਾਤੀ ਤੁਸੀਂ, ਇੱਕ ਮੱਝੂ ਕੇ ਵਾਲਾ ਤੇ ਇੱਕ? ਹਾਂਜੀ ਹਾਂਜੀ। ਅਲੀਸ਼ਾਨ ਬਲੱਡ ਲਾਈਨ ਦਾ ਲਿਆ? ਹਾਂਜੀ, ਇਕੱਠੇ ਹੀ ਆਈ ਸਾਡੇ ਘੋੜੇ ਜੀ, ਪਿੰਡ ਆ ਸਾਡਾ। ਠੀਕ ਹੈ ਜੀ। ਨਹੀਂ, ਬਹੁਤ ਸੋਹਣਾ ਘੋੜਾ ਜੀ, ਪਤਾ ਚੱਲਦਾ ਪਿਆ, ਇਕੱਠ ਹੀ ਦੱਸਦਾ ਪਿਆ ਲੋਕਾਂ ਦਾ ਦੇਖਣ ਵਾਲਾ ਵੀ ਘੋੜਿਆਂ ਨੂੰ ਕਿੰਨੇ ਚਾਹੁਣ ਵਾਲੇ ਆਏ ਆ। ਤੇ ਨਾਮ ਕੀ ਦੱਸਿਆ ਬਾਈ ਆਪਣੇ ਘੋੜੇ ਦਾ ਜੀ? ਇਹਦਾ ਨਾਮ ਤਮੂਰ ਹੈ ਜੀ, ਕਾਲੇ ਕਾਂਟੇ ਦਾ ਬੱਚਾ ਜੀ ਇਹ। ਠੀਕ ਹੈ ਜੀ। ਉਮਰ ਇਹਦੀ ਮਤਲਬ 5 ਸਾਲ ਹੋ ਗਈ? ਹਾਂਜੀ ਹਾਂਜੀ, 5 ਸਾਲ ਤੋਂ ਕੰਮ ਆ ਘੱਟ ਆ ਜੀ। ਠੀਕ ਹੈ ਜੀ। 5 ਸਾਲ ਤੋਂ ਘੱਟ ਹੀ ਗਿਆ, ਘੱਟ ਹੀ ਆਈ ਹੈ। ਠੀਕ ਹੈ ਜੀ। ਤੇ ਮਾਰਕਿੰਗ ਕੀ ਹੈ ਬਾਈ ਆਪਣੀ? ਇਹਦੇ 2 ਪੈਰ ਵਾਏ ਚਿੱਟੇ ਆ ਜੀ, ਮੱਥੇ ਬਲੇਜ ਆ ਜੀ। ਠੀਕ ਹੈ ਜੀ। 2 ਪੈਰ ਚਿੱਟੇ ਤੇ ਮੱਥੇ ਬਲੇਜ। ਠੀਕ ਹੈ। ਤੇ ਬਾਈ ਕਿੰਨੀ ਫੀਸ ਵਗੈਰਾ ਕਿੰਨੀ ਰੱਖੀ? 21,000 ਰੁਪਈਆ ਵੀਰੇ। 21,000 ਰੁਪਈਆ ਜੀ। ਬਾਕੀ ਬੱਚੇ ਬਹੁਤ ਸੋਹਣੇ ਆਈ ਜਾਂਦੇ ਆ, ਮੱਥੇ ਪਟੇ ਦੇ ਜਿੰਨੇ ਵੀ ਬੱਚੇ 12-13 ਬੱਚੇ ਆਏ ਆ ਜੀ, ਸਾਰੇ ਮੱਥੇ ਪਟੇ ਦੇ ਹੀ ਆਏ ਆ ਜੀ। ਘੋੜੀ ਜਿੱਦਾਂ ਦੀ ਮਰਜ਼ੀ ਹੋਵੇ, ਬਿਲਕੁਲ ਕਾਲੀ ਹੋਵੇ ਤਾਂ ਵੀ ਮੱਥੇ ਪਟਾ ਆਊਗਾ? ਮੱਥੇ ਪਟਾ ਦੇ ਰਿਹਾ ਆਪਣੇ? ਮੱਥੇ ਪਟਾ ਦੇ ਹੀ ਰਿਹਾ ਜੀ। ਠੀਕ ਹੈ ਜੀ। ਹਾਂਜੀ। ਤੇ ਮਾਂ ਇਹਦੀ ਅਲੀ ਬਾਬਾ ਲੈਣ ਦੀ ਆ, 5 ਕਲਿਆਣ ਘੋੜੀ ਆ ਜੀ।
ਮੇਰਾ ਦੋ ਵਧੀਆ ਬਲੱਡ ਲਾਈਨਾਂ ਦਾ ਸੁਮੇਲ ਕਰਕੇ ਜੀ ਇੱਕ ਵਾਰੀ ਰਿਜ਼ਲਟ ਤਿਆਰ ਕੀਤਾ ਤੇ ਰਿਜ਼ਲਟ ਬਹੁਤ ਸੁਣਿਆ ਆ ਰਿਹਾ ਠੀਕ ਹੈ ਜੀ ਪੂਰਾ ਬਈ ਇਹ ਮੈਂ ਸ਼ੋਅ ਕੁਆਲਿਟੀ ਦਾ ਜਾਨਵਰ ਹੈ ਤੁਸੀਂ ਮਤਲਬ ਕਿਤੇ ਸ਼ੋਅ ਦੇ ਵਿੱਚ ਕੀਤਾ ਹੈ ਮੇਰੇ ਕੋਲ 1 ਸਾਲ ਹੀ ਹੋਇਆ ਜਿਹਨੂੰ ਆਏ ਨੂੰ ਠੀਕ ਹੈ ਜੀ ਅੱਗੇ ਦੇਖਾਂਗੇ ਜੀ ਅੱਗੇ ਗਾੜੀ ਸ਼ੋਅਾਂ ਦੇ ਵਿੱਚ ਖੜੋਗੇ ਤੁਸੀਂ ਭਾਗ ਲਓਗੇ ਕਿਉਂਕਿ ਬੱਚਾ ਬਹੁਤ ਸ਼ਾਨਦਾਰ ਹੈ ਹਾਂਜੀ ਹਾਂਜੀ ਕੁਆਲਿਟੀ ਬਹੁਤ ਸ਼ਾਈਨਿੰਗ ਬਹੁਤ ਸਭ ਤੋਂ ਵੱਡੀ ਗੱਲ ਪਾਈ ਬੱਚੇ ਦੇ ਵਿੱਚ ਤੇ ਉਹ ਆਪ ਹੀ ਕਾਲੇ ਕਾਂਡੇ ਦਾ ਆ ਗਿਆ ਹਾਂਜੀ ਕਾਲੇ ਕਾਂਡੇ ਦਾ ਜੀ ਠੀਕ ਹੈ ਜੀ ਇਹ ਬਿੱਲੂ ਕਰਾਲਾਂ ਵਾਲੇ ਆ ਜਿਹਨਾਂ ਕੋਲ ਇਹਨਾਂ ਦੀ ਮਾਂ ਉਹਨਾਂ ਦੇ ਘਰ ਦੀ ਬਰੀਡ ਆ ਉਹਨਾਂ ਕੋਲ ਪਹਿਲਾਂ ਕਾਲਾ ਕਾਂਟਾ ਵੀ ਉਹਨਾਂ ਕੋਲ ਰਿਹਾ ਠੀਕ ਹੈ ਜੀ ਹਾਂਜੀ ਉਹਨਾਂ ਦੇ ਘਰ ਦੀ ਬਰੀਡ ਹੀ ਹੈ ਠੀਕ ਹੈ ਤੇ ਇਹ ਜਿਵੇਂ ਹੁਣ ਆਪ ਮੰਡੀ ਤੇ ਭਾਈ ਕਿੰਨੇ ਟਾਈਮ ਰੁਕੋਗੇ ਮੰਡੀ ਤੋਂ ਪਰ ਲੈ ਕੇ ਮੰਡੀ ਅੱਜ ਸ਼ਾਮ ਤੱਕ ਜੀ ਕੱਲ੍ਹ ਫਿਰ ਲੈ ਕੇ ਆਏਗੇ ਸੁਬਹ ਠੀਕ ਹੈ ਜੀ ਕੱਲ੍ਹ ਫਿਰ ਲਿਆਵਾਂਗੇ ਇਹਨੂੰ ਫਿਰ ਸ਼ਾਮ ਨੂੰ ਲੈ ਜਾਵਾਂਗੇ ਇਹ ਡੇਲੀ ਲੈ ਕੇ ਜਾਓਗੇ ਹਾਂ ਲੈ ਕੇ ਜਾਵਾਂਗੇ ਠੀਕ ਹੈ ਤਾਂ ਭਾਈ ਜਿਵੇਂ ਕੋਈ ਘੋੜੀ ਵਗੈਰਾ ਕ੍ਰੋਸ ਕਰਾਉਣਾ ਚਾਹੁੰਦਾ ਮੰਡੀ ਦੇ ਉੱਪਰ ਛੱਡ ਦਿੰਦੇ ਤੁਸੀਂ ਹਾਂ ਕੋਈ ਗੱਲ ਨਹੀਂ ਛੱਡ ਦਾਂਗੇ ਠੀਕ ਹੈ ਜੀ ਜੇ ਕਿਤੇ ਮੰਡੀ ਦੇ ਉੱਪਰ ਲੈ ਕੇ ਆਵੇ ਘੋੜੀ ਕਿਵੇਂ ਉਹ ਢੀਡ ਕੱਢ ਜਾਂਦੀ ਕਿਸੇ ਦੀ ਘੋੜੀ ਹਾਂਜੀ ਹਾਂਜੀ ਨਹੀਂ ਕੋਈ ਚੱਕਰ ਨਹੀਂ ਛੱਡ ਦਾਂਗੇ ਠੀਕ ਹੈ ਜੀ ਜੀ ਭਾਈ ਇੱਕ ਆਪਣਾ ਕੰਟੈਕਟ ਨੰਬਰ ਦੇ ਦਿਓ 98145 ਜੀ 66907 ਜੀ ਠੀਕ ਹੈ ਜੀ ਇੱਕ ਵਾਰ ਫਿਰ ਤੋਂ ਦੱਸ ਦਿਓ ਤੇ 98145 ਜੀ 66907 ਜੀ 9814566907 ਜੀ ਠੀਕ ਹੈ ਜੀ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸੋ ਤੁਸੀਂ ਬਾਈ ਹੋਣਾ ਕੋਈ ਇਨਕੁਆਇਰੀ ਜਾਂ ਕੋਈ ਘੋੜੀ ਮੇਟ ਕਰਾਉਣੀ ਹੋਵੇ ਤਾਂ ਤਾਂ ਵੀ ਬਾਈ ਹੋਣਾ ਨਾਲ ਗੱਲ ਕਰ ਸਕਦੇ ਹਾਂ ਦੇਖ ਸਕਦੇ ਹਾਂ ਇਹ ਕਾਲੇ ਕਾਂਟੇ ਦਾ ਬੱਚਾ ਤੈਮੂਰ ਇੱਧਰ ਦੇਖੋ ਬਾਦਸ਼ਾਹ ਚੈਸਟ ਬਾਡੀ ਦਾ ਬਹੁਤ ਤਕੜਾ ਬਈ ਸ਼ਾਨਦਾਰ ਹੈ ਦਿਲ ਲੁੱਟ ਲਿਆ ਘੋੜੇ ਨੇ ਉਹਦਾ ਹੀ ਜ਼ਬਰਦਸਤ ਦੇਖ ਸਕਦੇ ਤੁਸੀਂ ਦੋਸਤੋ ਦੋਵਾਂ ਘੋੜਿਆਂ ਨੇ ਜੇ ਮੰਡੀ ਉੱਪਰ ਆਏ ਹੀ ਆ ਤੇ ਗ੍ਰਾਮ ਮੰਡੀ ਦੇ ਉੱਪਰ ਮੇ ਵੀ ਮਾਰਵਾੜੀ ਤੇ ਮੱਝੂ ਕੇ ਲੈਣ ਦੇ ਪਹਿਲੇ ਘੋੜੇ ਪਹੁੰਚੇ ਆ ਬਹੁਤ ਚੰਗੇ ਬਈ ਰੂਹ ਖੁਸ਼ ਹੋ ਜਾਂਦੀ ਬਈ ਇੱਦਾਂ ਦਾ ਘੋੜਾ ਦੇਖ ਕੇ ਖੂਬ ਪਿੱਠ ਫੜਾ ਦੇਖੋ ਬਈ ਕਿੰਨੇ ਗਰਦਨ ਤੇ ਗਰਦਨ ਦੋਸਤੀ ਤੇ ਚੈਸਟ ਦੇਖੋ ਤੁਸੀਂ ਦੋਸਤੋ ਦੱਸਿਓ ਜ਼ਰੂਰ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਅਤੇ ਘੋੜੇ ਕਿਵੇਂ ਦੇ ਲੱਗੇ ਬਾਈਆਂ ਨੇ ਬਹੁਤ ਮਿਹਨਤ ਕਰਕੇ ਇੰਨੇ ਸੋਹਣੇ ਤਿਆਰ ਕੀਤੇ ਆ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਣੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਦੋਸਤੋ